ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚੋਂ 5 ਮੈਰਿਟਾਂ ਅਤੇ 12ਵੀਂ ਵਿੱਚੋਂ 1 ਮੈਰਿਟ ਹਾਸਲ ਕਰਕੇ ਐਡਿਡ ਸਕੂਲਾਂ ਵਿੱਚੋਂ ਨਿਊ ਫਲਾਵਰ ਸਕੂਲ ਅੰਮ੍ਰਿਤਸਰ ਸਭ ਤੋਂ ਅੱਗੇ ਰਿਹਾ। ਜਿਸ ਦੀ ਖਬਰ ਸੁਣਦਿਆਂ ਹੀ ਸਕੂਲ ਦੇ ਚੇਅਰਮੈਨ ਸਰਦਾਰ ਹਰਪਾਲ ਸਿੰਘ ਯੂਕੇ ਅਤੇ ਪ੍ਰਿੰਸੀਪਲ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਸਮੂਹ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਕੂਲ ਸਟਾਫ ਵੱਲੋਂ ਵਧਾਈ ਦਿੱਤੀ। ਜਿਸ ਦੀ ਖਬਰ ਸੁਣਦਿਆਂ ਹੀ ਸਕੂਲ ਦੇ ਚੇਅਰਮੈਨ ਸਰਦਾਰ ਹਰਪਾਲ ਸਿੰਘ ਯੂਕੇ ਅਤੇ ਪ੍ਰਿੰਸੀਪਲ ਸਾਹਿਬਾਂ ਨੇ ਕਿਹਾ ਕਿ ਇਹ ਸਿਹਰਾ ਸਕੂਲ ਦੇ ਅਧਿਆਪਕਾਂ, ਬੱਚਿਆਂ ਦੀ ਮਿਹਨਤ ਅਤੇ ਉਹਨਾਂ ਦੇ ਮਾਪਿਆਂ ਨੂੰ ਜਾਂਦਾ ਹੈ ਅਤੇ ਇਸ ਮੌਕੇ 'ਤੇ ਢੋਲ ਦੇ ਨਾਲ ਬੱਚਿਆਂ ਦਾ ਸਵਾਗਤ ਕੀਤਾ ਗਿਆ ਅਤੇ ਪੂਰਾ ਜਸ਼ਨ ਦਾ ਮਾਹੌਲ ਬਣ ਗਿਆ। ਅੰਮ੍ਰਿਤਸਰ ਤੋਂ ਮਧੂ ਰਾਜਪੂਤ ਦੀ ਖਾਸ ਰਿਪੋਰਟ। ਫਲਾਵਰ ਸੀਨੀਅਰ ਸੈਕੰਡਰੀ ਸਕੂਲ ਦਾ ਸਟਾਫ ਨਾਲ ਪ੍ਰੈਸ ਕਾਨਫਰੰਸ ਕਰਨ ਲੱਗੇ ਹਾਂ। ਮੈਡਮ ਪ੍ਰਿੰਸੀਪਲ ਕੁਲਵਿੰਦਰ ਕੌਰ, ਵਾਈਸ ਪ੍ਰਿੰਸੀਪਲ ਮੈਡਮ ਤਾਨੀਆ ਜੀ, ਸੀਨੀਅਰ ਟੀਚਰ ਪਲੱਸ ਟੂ ਮੈਡਮ ਜਸਵਿੰਦਰ ਕਮਲਪ੍ਰੀਤ ਜੀ, ਮੈਡਮ ਰਵਿੰਦਰ ਜੀ, ਇਹਦੇ ਮੈਡਮ ਸੋਨਕਾ ਜੀ, ਇਹ ਸਾਡੇ ਵਿਕਰਮ ਟੀਚਰ, ਇਹਦੇ ਮੈਡਮ ਬੀਨਾ ਜੀ, ਮੈਡਮ ਸਵਿਤਾ ਜੀ, ਇਹ ਕਲਾਸਾਂ ਨੂੰ ਪੜ੍ਹਾਉਂਦੇ ਆ। ਸਭ ਤੋਂ ਖੁਸ਼ੀ ਦੀ ਇਹ ਗੱਲ ਅੱਜ ਕਿ ਬੱਚੇ ਜਿਹੜੇ ਅੱਜ ਫਸਟ ਟੌਪ ਕੀਤਾ, ਇਹ ਸਾਡੇ ਹੀ ਸਕੂਲ ਦੀ ਪਨੀਰੀ ਆ, ਸਾਡੇ ਸਕੂਲ ਦੇ ਤਿਆਰ ਕੀਤੇ ਬੱਚੇ ਆ। ਸਾਡੇ ਸਕੂਲ ਦੇ ਇਹ ਸ਼ੁਰੂ ਤੋਂ ਨਰਸਰੀ ਤੋਂ ਲੈ ਕੇ ਪਲੱਸ ਟੂ ਤੱਕ ਇਹ ਸਾਡੀ ਪਨੀਰੀ ਤਿਆਰ ਹੋ ਗਈ ਆ, ਕਿਉਂਕਿ 12 ਸਾਲ ਲੱਗਦੇ ਆ ਬੱਚੇ ਨੂੰ ਤਿਆਰ ਹੁੰਦਿਆਂ, 14 ਸਾਲ ਨਰਸਰੀ ਐਲ ਕੇ ਜੀ ਪਲੇ ਪਿੰਡ ਲੈ ਕੇ ਪਲੱਸ ਟੂ 14 ਸਾਲ ਲੱਗਦੇ ਆ, 15 ਸਾਲ। ਸਾਡੇ ਸਕੂਲ ਖੁੱਲ੍ਹੇ ਨੂੰ 24 ਸਾਲ ਹੋ ਗਏ ਆ, ਸਾਡੇ ਸਕੂਲ ਵੀਹ ਸਾਲ ਹੋ ਗਿਆ 24। ਇਹ ਬੱਚੇ ਅਸੀਂ ਤਿਆਰ ਕੀਤੇ ਜਿਹੜੇ ਅੱਜ ਪੰਜਾਬ ਟੌਪ ਕੀਤਾ। ਜਿਹੜੀ ਲੜਕੀ ਗੁਰਲੀਨ ਕੌਰ ਆ, ਜਿਹਨੇ ਪੰਜਾਬ 8ਵੀਂ ਦੇ ਉੱਤੋਂ ਦੂਜੇ ਨੰਬਰ 'ਤੇ ਆਈ ਪੰਜਾਬ ਸਟੇਟ 'ਚੋਂ, ਅਤੇ ਅੰਮ੍ਰਿਤਸਰ ਪਹਿਲੇ ਨੰਬਰ 'ਤੇ, ਜਿਹੜੀ ਕੁੜੀ ਪਲੱਸ ਟੂ ਦੀ ਆ ਉਹਦਾ 14ਵਾਂ ਰੈਂਕ ਆ, 6 ਮੈਰਿਟਾਂ ਸਾਡੀਆਂ ਆਈਆਂ ਪੰਜਾਬ ਦੇ ਵਿੱਚੋਂ 8ਵੀਂ ਦੀਆਂ, 6 ਮੈਰਿਟਾਂ 8ਵੀਂ ਦੀਆਂ ਆਈਆਂ। ਦੂਜਾ ਸੈਕੰਡ ਸਭ ਤੋਂ ਵੱਡਿਆ ਵੀ ਇਹ ਸਟਾਫ ਸਾਡਾ ਜਿਹੜਾ, ਮੈਡਮ ਪ੍ਰਿੰਸੀਪਲ, ਮੈਡਮ ਵਾਈਸ ਪ੍ਰਿੰਸੀਪਲ, ਜਿੰਨਾ ਸਟਾਫ ਬੀਠਾ ਸਾਡਾ, ਇਹ ਸਾਰਾ ਬ੍ਰਿਲੀਅੰਟ ਵਾ, ਸਾਰੇ MA BEd ਵਾ, ਸਾਰੇ MPhil, ਹਰ ਟੀਚਰ ਸਾਡਾ ਕੁਆਲੀਫਾਈਡ ਵਾ। ਅਸੀਂ ਸ਼ਰਿਆਂ ਫੋਟੋ ਬਾਹਰ ਲਾਈਆਂ, ਟੀਚਰਾਂ ਦਾ ਕੁਆਲੀਫਿਕੇਸ਼ਨ ਲਿਖੀ ਆ ਕਿ ਸਕੂਲ ਨਹੀਂ ਲਾਈ ਗੱਲ, ਇਹ ਸਾਡਾ ਸਕੂਲ ਪੰਜਾਬ ਦੇ ਵਿੱਚੋਂ ਟੌਪ ਆਇਆ ਅੱਜ। ਬਾਕੀ ਡਿਟੇਲ ਜਿਹੜੀਆਂ ਮੈਡਮ ਤੁਸੀਂ ਸਵਾਲ ਕਰੋਗੇ, ਮੈਡਮ ਪ੍ਰਿੰਸੀਪਲ ਮੈਡਮ ਤੁਹਾਨੂੰ ਦੱਸਾਂਗੇ। ਤੁਹਾਨੂੰ ਕੁਲਵਿੰਦਰ ਕੌਰ, ਪ੍ਰਿੰਸੀਪਲ, ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ। ਅੱਜ ਅਸੀਂ ਸਕੂਲ 'ਚ ਪ੍ਰੈਸ ਕਾਨਫਰੰਸ ਕਰਦੇ ਹਾਂ ਕਿਉਂਕਿ ਸਾਡੇ ਸਕੂਲ ਦੇ ਸਟੂਡੈਂਟ ਹਰਲੀਨ ਕੌਰ ਨੇ ਪੰਜਾਬ 'ਚ ਸੈਕਿੰਡ ਰੈਂਕ ਅਚੀਵ ਕੀਤਾ ਹੈ, ਅਤੇ ਇਹ ਜੋ ਸਕੂਲ ਹੈ ਇਹ 2004 'ਚ ਅਸੀਂ ਸਟਾਰਟ ਕੀਤਾ ਸੀ, 20 ਸਾਲ ਹੋ ਗਏ ਇਸ ਸਕੂਲ ਨੂੰ, ਔਰ ਸਾਡਾ ਸਾਰਾ ਸਟਾਫ ਵੈਲ ਕੁਆਲੀਫਾਈਡ ਹੈ। ਸਾਡੀਆਂ 8 ਵਿੱਚ 6-5 ਮੈਰਿਟਸ ਔਰ ਪਲੱਸ 2 'ਚ 1 ਮੈਰਿਟ ਆਈ ਹੈ, ਔਰ ਇਸ ਤਰ੍ਹਾਂ ਬੱਚੀਆਂ ਨੇ, ਬੇਟੀਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ, ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕੀਤਾ ਹੈ, ਔਰ ਮੈਂ ਉਹਨਾਂ ਸਭ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਸਾਡੇ ਜੋ ਟੀਚਰਸ ਨੇ, ਇਹ ਸਾਰਾ ਜੋ ਕ੍ਰੈਡਿਟ ਹੈ ਇਹ ਸਾਡੇ ਜੋ ਕੁਆਲੀਫਾਈਡ ਟੀਚਰਸ ਨੇ ਉਹਨਾਂ ਦੇ ਐਫਰਟਸ, ਸਿੰਸੀਅਰ ਐਫਰਟਸ ਔਰ ਬੱਚਿਆਂ ਦੇ ਹਾਰਡ ਵਰਕ, ਇਹਦਾ ਰਿਜ਼ਲਟੈਂਟ ਹੈ ਕਿ ਸਾਡੇ ਬੱਚਿਆਂ ਨੇ ਮੈਰਿਟ ਦੇ ਵਿੱਚ ਸਥਾਨ ਲਿਆ। ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਸੀ, ਸਾਡੇ ਬੱਚੇ ਹਰ ਸਾਲ 1-1, 2-2 ਨੰਬਰ ਤੋਂ ਰਹਿ ਜਾਂਦੇ ਸੀ, ਪਰ ਇਸ ਵਾਰ ਬੱਚਿਆਂ ਨੇ ਬਹੁਤ ਵਧੀਆ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ, ਬਹੁਤ ਮਿਹਨਤ ਕੀਤੀ ਹੈ ਬੱਚਿਆਂ ਔਰ ਟੀਚਰਸ ਔਰ ਪੇਰੈਂਟਸ ਐਜ਼ ਵੈਲ, ਪੇਰੈਂਟਸ ਦੀ ਵੀ ਮਿਹਨਤ ਹੈ।
ਸਭ ਦਾ ਕੋਰਿਲੇਸ਼ਨ ਹੈ, ਤਾਂ ਹੀ ਇਹ ਬੱਚੇ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ। ਮੈਡਮ, ਖਾਸ ਕਰ ਦੇਖਿਆ ਗਿਆ ਜ਼ਿਆਦਾਤਰ ਸਕੂਲਾਂ ਨੂੰ ਸ਼ਿਕਾਇਤ ਰਹਿੰਦੀ ਹੈ ਮੈਨੇਜਮੈਂਟ ਤੋਂ, ਮੈਨੇਜਮੈਂਟ ਦੀ ਪੂਰੀ ਸਕੂਲ ਨੂੰ ਸਪੋਰਟ ਰਹੀ ਹੈ, ਕੀ ਕਹਿਣਾ ਚਾਹੁੰਦੇ? ਹਾਂਜੀ ਬਿਲਕੁਲ ਸਰ, ਇਹ ਤਾਂ ਹੀ ਪੋਸੀਬਲ ਹੋ ਪਾਉਂਦਾ ਹੈ ਕਿ ਅਗਰ ਮੈਨੇਜਮੈਂਟ ਟੀਚਰਸ ਦੇ ਨਾਲ ਕੋਆਪਰੇਟ ਕਰਨ। ਸਾਡੇ ਹਰ ਇੱਕ ਜੋ ਪ੍ਰੋਬਲਮਸ ਹੈਗੀਆਂ ਨੇ ਰਿਗਾਰਡਿੰਗ ਇਨਫਰਾਸਟ੍ਰਕਚਰ, ਰਿਗਾਰਡਿੰਗ ਸਟੱਡੀਜ਼, ਰਿਗਾਰਡਿੰਗ ਟੀਚਰ, ਕਿਉਂਕਿ ਜੋ ਪਰਮਿਸ਼ਨ ਹੈ ਉਹ ਮੈਨੇਜਮੈਂਟ ਤੋਂ ਲੈ ਕੇ ਹੀ ਅਸੀਂ ਅੱਗੇ ਚੱਲਦੇ ਹਾਂ, ਅਤੇ ਮੈਨੇਜਮੈਂਟ ਦਾ ਸਾਨੂੰ ਫੁੱਲ ਕੋਆਪਰੇਸ਼ਨ ਹੈ। ਇਹ ਸਭ ਕੁਛ ਸਾਰਾ ਕੁਛ ਤਾਂ ਹੀ ਪੋਸੀਬਲ ਹੋ ਪਾਉਂਦਾ ਹੈ ਕਿਉਂਕਿ ਸਾਡੇ ਕੋਲ ਜਨਰੇਟਰ 24 ਆਰ ਸਪਲਾਈ ਹੈ, 2 ਜਨਰੇਟਰ ਨੇ, RO ਵਾਟਰ, ਮਤਲਬ ਹਰ ਇੱਕ ਫੈਸਿਲਿਟੀ ਅਸੀਂ ਬੱਚੇ ਨੂੰ ਦਿੰਦੇ ਹਾਂ ਜੋ ਇੱਕ ਅੱਛੇ ਸਕੂਲ 'ਚ ਹੋਣੀ ਚਾਹੀਦੀ ਹੈ। ਪ੍ਰਿੰਸੀਪਲ ਸਾਹਿਬ, ਸਰਕਾਰ ਨੂੰ ਕੀ ਦੱਸਣਾ ਚਾਹੁੰਦੇ ਹੋ? ਆਏ ਦਿਨ ਪ੍ਰਾਈਵੇਟ ਸਕੂਲਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਇਹਦਾ ਕੀ ਮੈਸੇਜ ਦਿੰਦੇ? ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪ੍ਰਾਈਵੇਟ ਸਕੂਲ ਜਿਹੜਾ ਸਰਕਾਰ ਦਾ ਬਹੁਤ ਵੱਡਾ ਸਹਿਯੋਗ ਦਿੰਦੇ ਆ, ਯੋਗਦਾਨ ਪਾਉਂਦੇ ਆ। ਅੱਜ ਵੇਖੋ ਸਾਰੇ ਪ੍ਰਾਈਵੇਟ ਸਕੂਲਾਂ ਦਾ ਨਾਂ ਪੰਜਾਬ ਨੇ ਰੋਸ਼ਨ ਕੀਤਾ ਅਤੇ ਸਰਕਾਰ ਦਾ ਸਾਰੇ ਵਰਲਡ 'ਚ ਨਾਂ ਗਿਆ ਕਿ ਪ੍ਰਾਈਵੇਟ ਸਕੂਲਾਂ ਦਾ ਬਹੁਤ ਵੱਡਾ ਯੋਗਦਾਨ ਵਾ। ਸਾਡੇ ਕੋਲ ਇਸ ਵੇਲੇ 23 ਲੱਖ ਬੱਚਾ ਪੜ੍ਹਦਾ ਪ੍ਰਾਈਵੇਟ ਸਕੂਲਾਂ 'ਚ ਅਤੇ ਸਰਕਾਰ ਕੋਲ 17 ਲੱਖ ਪੜ੍ਹਦਾ। ਜਿੰਨੇ ਬੱਚੇ ਆ, ਸਰਕਾਰ ਅਜੇ ਪ੍ਰਾਈਵੇਟ ਸਕੂਲਾਂ ਨੂੰ ਬੈਨੀਫਿਟ ਕੋਈ ਨਹੀਂ ਦਿੰਦੀ। ਸਾਨੂੰ ਕਮਰਸ਼ੀਅਲ ਇਲੈਕਟ੍ਰਿਕ, ਸਾਨੂੰ ਹਰ ਚੀਜ਼ਾਂ ਦੇ ਖਰਚੇ, ਟੈਕਸ, ਪਰ ਫਿਰ ਵੀ ਪ੍ਰਾਈਵੇਟ ਸਕੂਲ ਬਹੁਤ ਵੱਡਾ ਯੋਗਦਾਨ ਪਾਉਂਦੇ ਆ। ਸਾਡੇ ਜਿੰਨੇ IAS ਬਣਦੇ ਆ, ਜਿੰਨੇ PCS ਬਣਦੇ ਆ, ਜਿੰਨੇ ਫੋਰਨ ਕੰਟਰੀ ਬੱਚੇ ਜਾ ਰਹੇ ਆ, ਉਹ ਸਾਡੇ ਸਕੂਲਾਂ ਦੇ ਹੀ ਜਾ ਰਹੇ ਆ। ਅੱਜ ਵੀ ਸਾਡੇ ਸਕੂਲ 'ਚੋਂ 10-12 ਵਜੇ ਟੌਪ ਆਏ ਆ, ਜਿਹੜੇ ਬਾਹਰ ਜਾਣ ਨੂੰ ਭੱਜਣ ਚੱਲੇ ਵੀ ਬਾਹਰ ਜਾਣਾ ਅਤੇ ਜੋਬ ਨਹੀਂ ਹੈਗੀ। ਪਰ ਪ੍ਰਾਈਵੇਟ ਸਕੂਲ ਸਭ ਤੋਂ ਵੱਡਾ ਯੋਗਦਾਨ ਪ੍ਰਾਈਵੇਟ ਮੈਡਮਾਂ ਦਾ, ਜਿਹੜੀਆਂ ਮੈਡਮਾਂ ਰਾਤ ਨੇ ਪੜ੍ਹਾਉਂਦੀਆਂ, ਸਭ ਤੋਂ ਵੱਡਾ ਸਹਿਯੋਗ ਮੈਡਮਾਂ ਪ੍ਰਿੰਸੀਪਲ ਦਾ, ਜਿਹੜੀ ਰਾਤ ਨੇ ਮਿਹਨਤ ਕਰਦੀ ਆ, ਅਤੇ ਮੈਨੇਜਮੈਂਟ ਦੇ ਹੈਲਪ ਵੀ ਕਰ ਸਕਦੇ ਹਾਂ। ਹਰ ਕਮਰੇ AC ਲੱਗਾ, ਸਾਡੇ ਲਾਈਟਾਂ ਲੱਗੀਆਂ, 4-4, 6-6 ਪੱਖੇ ਲੱਗੇ ਆ, ਪਾਣੀ ਵਾਟਰ ਕੂਲਰ ਲੱਗੇ ਆ, ਫੁੱਲ ਬੂਟੇ ਲਾਏ ਆ ਸਕੂਲ ਦੀ ਬਿਲਡਿੰਗ ਨੂੰ। 1 ਮਿੰਟ ਤੋਂ ਪਹਿਲਾਂ ਅਸੀਂ ਕੋਈ ਵੀ ਬੱਤੀ ਬੰਦ ਹੁੰਦੀ ਆ, 2 ਜਨਰੇਟਰ ਮਿੰਟ ਚਲਾਉਂਦੇ ਹਾਂ, ਪਰ ਇਸ ਕਰਕੇ ਕਿ ਬੱਚੇ ਸਾਡੇ ਆਏ, ਅਸੀਂ ਆਪਣੇ ਸਮਝ ਗਏ। ਅਤੇ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ, ਬਾਈ, ਸਭ ਗੱਲਾਂ ਸਾਡੇ ਨਾਲ ਆ, ਜਿੰਨੀ ਪ੍ਰੈਸ ਆ ਉਹ ਸਾਡੇ ਨਾਲ ਇਸ ਕਰਕੇ ਆ, ਸੱਚਾਈ ਦੇ ਨਾਲ ਵਾ। ਅਸੀਂ ਬੱਚਿਆਂ ਦੀ ਜਿੰਨੀ ਮਦਦ ਕਰਦੇ ਹਾਂ, 33-34 ਕੁੜੀਆਂ ਮੈਂ ਇੱਥੇ ਫ੍ਰੀ ਪੜ੍ਹਾਉਣਾ, 33-34 ਕੁੜੀਆਂ ਫੀਸਾਂ ਘੱਟ ਕਰਨੀਆਂ, ਜੋ ਮੈਡਮ ਕੇ ਸਿਫਾਰਸ਼ ਕਰ ਦਿੰਦੀ ਆ, ਮੈਂ 2 ਮਿੰਟ ਲਾਉਣਾ, ਮੈਡਮ ਜੀ ਕੋਈ ਗੱਲ ਨਹੀਂ, ਬੱਚਾ ਗਰੀਬ ਆ ਇਹਦਾ ਹੈਲਪ ਕਰ ਦਿਓ, ਕੋਈ ਚੱਕਰ ਨਹੀਂ। ਇਸ ਕਰਕੇ ਪ੍ਰਾਈਵੇਟ ਸਕੂਲਾਂ ਬਹੁਤ ਵੱਡਾ ਯੋਗਦਾਨ ਸਰਕਾਰ ਦੇ ਖਾਤੇ 'ਚ। ਮੈਂ ਹਰਭਾਸ ਸਿੰਘ ਜੂਕੇ, ਚੇਅਰਮੈਨ ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ। ਅੱਜ ਸਾਡੇ ਸਕੂਲ ਦਾ ਪੰਜਾਬ ਵਿੱਚੋਂ ਬੋਰਡ ਦੀ 8ਵੀਂ ਕਲਾਸ ਦਾ ਟੌਪ ਜੋ ਕੁੜੀ ਗੁਰਲੀਨ ਕੌਰ ਆ, ਉਹ ਸੈਕਿੰਡ ਸਟੇਜ 'ਤੇ ਆਈ ਆ, ਪੰਜਾਬ ਦੇ ਵਿੱਚੋਂ 2 ਨੰਬਰ 'ਤੇ ਆਈ ਆ। ਬਾਕੀ 6 ਲੜਕੀਆਂ ਟੌਪ ਮੈਰਿਟ ਆਈਆਂ, 3ਜਾ, 4ਥਾ, 5ਵਾਂ ਨੰਬਰ, ਅਤੇ +2 ਦੀ ਕੁੜੀ ਜਿਹੜਾ 12ਵਾਂ ਰੈਂਕ ਆਇਆ। ਅਤੇ ਸਾਡੀਆਂ ਟੋਟਲ 18 ਮੈਟਾਂ 8ਵੀਂ ਦੀਆਂ ਅਤੇ 19 ਮੈਟਾਂ ਸਾਡੇ +2 ਦੀਆਂ ਆਈਆਂ। ਇਹ ਉਹ ਬੱਚੇ ਆ ਜਿਨ੍ਹਾਂ ਦੀ ਪਨੀਰੀ ਸਾਡੇ ਸਕੂਲ ਨੇ ਖੁਦ ਤਿਆਰ ਕੀਤੀ, ਨਰਸਰੀ ਤੋਂ ਲੈ ਕੇ ਇਹ ਪੜ੍ਹਦੀਆਂ, ਅਤੇ ਅੱਜ ਇਹ ਕੁੜੀਆਂ ਨੇ ਟੌਪ ਕੀਤਾ। ਧੀਆਂ ਨੇ ਪੰਜਾਬ ਦਾ, ਅੰਮ੍ਰਿਤਸਰ ਜ਼ਿਲ੍ਹੇ ਦਾ ਮਾਣ ਰੱਖਿਆ, ਧੀਆਂ ਨੇ ਗੁਰੂ ਕੀ ਨਗਰੀ ਦਾ ਮਾਣ ਕੀਤਾ। ਅਤੇ ਅੱਜ ਇਸ ਬੱਚੀ ਨੂੰ ਅਸੀਂ 21,000 ਰੁਪਈਆ, ਜਿਹੜਾ ਕੁੜੀ ਟੌਪ ਪੰਜਾਬ ਨੂੰ 21,000 ਰੁਪਈਆ ਮੈਂ ਆਪਣੀ ਜੇਬ 'ਚੋਂ ਦਿੱਤਾ ਉਹਨੂੰ ਅੱਜ, ਅਤੇ ਜਿਨ੍ਹਾਂ ਦੀ ਸੈਕਿੰਡ ਪੋਜੀਸ਼ਨ ਆਈ ਹੈ। ਹਾਂ, ਉਹਨਾਂ ਨੂੰ ਅਸੀਂ ਸ਼ੀਟਾਂ ਦੇ ਰਹੇ, ਨਾਮ ਦੇ ਰਹੇ ਸਾਰਿਆਂ ਦਾ, ਉਹਨਾਂ ਨੂੰ ਅਸੀਂ ਅਗਲੇ ਹਫ਼ਤੇ 2 ਹਫ਼ਤੇ ਤੱਕ, ਮੈਂ ਕਹਿ ਤਾ ਇਹਨਾਂ ਵੀ ਆਪਣੇ ਮੰਤਰੀ ਸਾਹਿਬ ਸੱਦ ਕੇ ਅਤੇ MLA ਸੱਦ ਕੇ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਨਾਲ ਸਨਮਾਨਿਤ ਕਰਾਂਗੇ ਸਟੇਜ 'ਤੇ। ਇੱਕ ਮੈਸੇਜ ਦੇਖੋ, ਜੀ ਮੈਸੇਜ ਇਹ ਆ ਵੀ ਜੇ ਬੱਚੀਆਂ ਧੀਆਂ ਵਾ, ਧੀਆਂ ਨੂੰ ਆਪਣੇ ਪੇਟ 'ਚ ਨਾਂ ਮਾਰੋ, ਇਹ ਧੀਆਂ ਹੀ ਤੁਹਾਡਾ ਨਾਂ ਰੋਸ਼ਨ ਕਰਦੀਆਂ। ਧੀਆਂ ਦਾ ਹੀ ਪੰਜਾਬ ਦੇ ਵਿੱਚ ਵੀ, ਸਾਰੇ ਦੁਨੀਆਂ ਦੇ ਵਿੱਚ ਵੀ
ਇਸ ਕਰਕੇ ਸਾਨੂੰ ਸਾਡੀਆਂ ਧੀਆਂ ਨੇ ਸਾਡਾ ਸਿਰ ਉੱਚਾ ਕੀਤਾ, ਮਾਪਿਆਂ ਦਾ ਸਿਰ ਉੱਚਾ ਕੀਤਾ। ਅੱਜ ਦੇ ਯੁੱਗ ਵਿੱਚ ਧੀਆਂ ਜਿਹੜੀਆਂ ਬਰਾਬਰ ਦਾ ਕੰਮ ਕਰਦੀਆਂ ਅਤੇ ਬਰਾਬਰ ਦੀਆਂ ਹਰ ਯੋਗਦਾਨ ਹਿੱਸਾ ਪਾਉਂਦੀਆਂ, ਸਰਕਾਰ ਦੇ ਨੇਸ਼ਨ ਦੇ ਵਿੱਚ ਹਿੱਸਾ ਪਾਉਂਦੀਆਂ, ਬਰਾਬਰ ਦਾ ਯੋਗਦਾਨ ਪਾਉਂਦੀਆਂ।